ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ, ਆਪੇ ਖੰਡ ਆਪੇ ਸਭ ਲੋਏ। ਵਾਹਿਗੁਰੂ ਆਪ ਹੀ ਆਂਡਿਆਂ ਤੋਂ ਪੈਦਾ ਹੋਣ ਵਾਲੀ ਖਾਣੀ ਪੰਛੀ ਆਦਿ, ਜੇਰਜ ਜੇਰ ਤੋਂ ਪੈਦਾ ਹੋਣ ਵਾਲੀ ਖਾਣੀ ਮਨੁੱਖ ਪਸ਼ੂ ਆਦਿ, ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੀ ਖਾਣੀ ਜੂਆਂ ਚਿੱਚੜ ਆਦਿ, ਅਤੇ ਉਤਪੁਜ ਬਨਸਪਤੀ ਦੀ ਖਾਣੀ ਰੂਪ ਹੈ। ਇਹਨਾਂ ਖਾਣੀਆਂ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ। ਧਰਤੀ ਦੇ ਹਿੱਸੇ ਨੌਂ ਖੰਡ ਰੂਪ ਹੈ ਅਤੇ ਆਪ ਹੀ ਸਾਰੇ ਲੋਏ ਲੋਕ 14 ਲੋਕ ਰੂਪ ਹੈ। ਆਪ ਹੀ ਇਹਨਾਂ ਖੰਡਾਂ ਅਤੇ ਲੋਕਾਂ ਨੂੰ ਪੈਦਾ ਕਰਨ ਵਾਲਾ ਹੈ। ਆਪੇ ਸੂਤ ਆਪੇ ਬਹੁਮਣੀਆਂ, ਕਰ ਸਕਤੀ ਜਗਤ ਪਰੋਏ। ਵਾਹਿਗੁਰੂ ਆਪ ਹੀ ਪਰਾਲਬਧ ਪੁਰਾਣਾ ਰੂਪੀ ਸੂਤ ਧਾਗਾ ਹੈ। ਆਪ ਹੀ ਬਹੁ ਕਹੀਏ ਬੇਅੰਤ ਜੀਵ ਰੂਪ ਮਣੀਆਂ ਮਣਕੇ ਹੈ। ਫਿਰ ਆਪ ਹੀ ਆਪਣੀ ਚੇਤਨ ਸੱਤਾ ਰੂਪੀ ਸ਼ਕਤੀ ਤਾਕਤ ਕਰਕੇ ਸਾਰੇ ਜਗਤ ਸੰਸਾਰ ਨੂੰ ਪਰੋਇਆ ਹੋਇਆ ਹੈ। ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੇ ਟਹਿ ਢੇਰੀ ਹੋਏ। ਪਿਆਰਾ ਵਾਹਿਗੁਰੂ ਆਪ ਹੀ ਸੂਤ ਧਾਰ ਕੀਏ ਨਟ ਹੈ, ਭਾਵ ਸਭ ਦੇ ਪਰਾਲਬਧ ਪੁਰਾਣਾ ਰੂਪੀ ਸੂਤ ਨੂੰ ਆਪਣੇ ਹੱਥਾਂ ਵਿੱਚ ਪਕੜਿਆ ਹੋਇਆ ਹੈ। ਜਦੋਂ ਇਹ ਸੂਤ ਧਾਗਾ ਖਿੱਚ ਲੈਂਦਾ ਹੈ ਤਦੋਂ ਸਰੀਰ ਢਹਿ ਢੇਰੀ ਮਿੱਟੀ ਹੋ ਜਾਂਦਾ। ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ। ਹੇ ਮੇਰੇ ਮਨਾ, ਮੈਨੂੰ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਪ੍ਰਤੀਤ ਨਹੀਂ ਹੁੰਦਾ। ਮੇਰਾ ਹਰੀ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਹੈ। ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ। ਸਤਿਗੁਰੂ ਸਾਹਿਬ ਜੀ ਵਿੱਚ ਨਾਮ ਦਾ ਨਿਧਾਨ ਖਜ਼ਾਨਾ ਹੈ, ਪਰ ਜਿਨ੍ਹਾਂ ਉੱਪਰ ਪਿਆਰਾ ਵਾਹਿਗੁਰੂ ਦਇਆ ਮਿਹਰ ਕਰਦਾ ਹੈ ਉਹਨਾਂ ਦੇ ਅੰਤਸ਼ਕਰਨ ਰੂਪੀ ਮੂੰਹ ਵਿੱਚ ਇਹ ਨਾਮ ਅੰਮ੍ਰਿਤ ਚੋ ਦਿੰਦਾ ਹੈ। ਨਾਮ ਅੰਮ੍ਰਿਤ ਚੋ ਕੇ ਮੁਖੀ ਕਰ ਦਿੰਦਾ ਹੈ, ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ। ਉਹ ਪਿਆਰਾ ਵਾਹਿਗੁਰੂ ਆਪ ਹੀ ਜਲ ਤਰਲ ਥਾਵਾਂ ਵਿੱਚ, ਥਲ ਖੁਸ਼ਕ ਥਾਵਾਂ ਵਿੱਚ, ਜਲ ਦੀ ਨਿਆਈ ਪ੍ਰੇਮੀਆਂ ਅਤੇ ਥਲ ਦੀ ਨਿਆਈ ਕਨਿਸ਼ਠ ਅਧਿਕਾਰੀਆਂ ਆਦਿ ਸਾਰਿਆਂ ਵਿੱਚ ਵਸ ਰਿਹਾ ਹੈ। ਉਹ ਪ੍ਰਭੂ ਸਮਰੱਥ, ਪ੍ਰਭੂ ਜੋ ਕੁਝ ਵੀ ਕਰਦਾ ਹੈ ਉਹ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ। ਸਭਨਾ ਰਿਜਕ ਸਮਾਹ ਦਾ ਪਿਆਰਾ, ਦੂਜਾ ਅਵਰ ਨਾ ਕੋਏ। ਪਿਆਰਾ ਵਾਹਿਗੁਰੂ ਸਾਰਿਆਂ ਜੀਵਾਂ ਨੂੰ ਰਿਜਕ ਰੋਜੀ ਉਪਜੀਵਕਾ ਸਮਾਹ ਦਾ ਭਾਵ ਅਪੜਾਉਂਦਾ ਹੈ, ਭਾਵ ਪਹੁੰਚਾਉਂਦਾ ਹੈ। ਹੋਰ ਕੋਈ ਵੀ ਦੂਸਰਾ ਉਸ ਵਰਗਾ ਸਮਰੱਥ ਨਹੀਂ ਹੈ। ਆਪੇ ਖੇਲ ਖੇਲ ਆਏ ਦਾ ਪਿਆਰਾ, ਆਪੇ ਕਰੇ ਸੋ ਹੋਏ। ਪਿਆਰਾ ਵਾਹਿਗੁਰੂ ਆਪ ਹੀ ਸੰਸਾਰ ਰੂਪੀ ਖੇਡ ਨੂੰ ਖਿਡਾਉਣਾ ਕਰਦਾ, ਖਿਲਾਏ ਦਾ ਖਿਲਾਰਨਾ ਖਿਡਾਉਣਾ ਕਰਦਾ। ਵਾਹਿਗੁਰੂ ਜੋ ਕੁਝ ਆਪ ਕਰਦਾ ਉਹ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ। ਆਪ ਹੀ ਪ੍ਰੇਮ ਦੀ ਖੇਡ ਨੂੰ ਖਿਡਾਉਣਾ ਕਰਦਾ ਹੈ ਅਤੇ ਆਪ ਹੀ ਜਿਸ ਨੂੰ ਆਪਣਾ ਕਰ ਲੈਂਦਾ ਉਹ ਵਾਹਿਗੁਰੂ ਦਾ ਸਰੂਪ ਹੋ ਜਾਂਦਾ। ਆਪੇ ਹੀ ਆਪ ਨਿਰਮਲਾ ਪਿਆਰਾ, ਆਪੇ ਨਿਰਮਲ ਸੋਏ। ਪਿਆਰਾ ਵਾਹਿਗੁਰੂ ਆਪ ਹੀ ਆਪ ਨਿਰਮਲਾ ਸ਼ੁੱਧ ਸਰੂਪ ਹੈ, ਭਾਵ ਮਲ ਵਿਖੇਪ ਅਵਰਨ ਦੀ ਕੋਈ ਮੈਲ ਨਹੀਂ ਹੈ ਅਤੇ ਆਪ ਹੀ ਉੱਜਲ ਸ਼ੁਭਾ ਵਾਲਾ ਹੈ।
ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋਹੋਏ। ਪਿਆਰਾ ਵਾਹਿਗੁਰੂ ਆਪ ਦੀ ਪ੍ਰਾਪਤੀ ਦੀ ਕੀਮਤ ਨੂੰ ਆਪ ਹੀ ਪਾਉਣ ਵਾਲਾ ਹੈ ਅਤੇ ਆਪ ਹੀ ਜੋ ਕੁਝ ਕਰਦਾ ਹੈ ਉਹ ਪਹਿਲਾਂ ਹੁੰਦਾ ਸੀ, ਹੁਣ ਹੁੰਦਾ ਹੈ ਅਤੇ ਅਗਾਂਹ ਨੂੰ ਹੁੰਦਾ ਰਹੇਗਾ। ਆਪੇ ਅਲੱਖ ਨ ਲਖੀਐ ਪਿਆਰਾ ਆਪ ਲਖਾਵੈ ਸੋਏ। ਪਿਆਰਾ ਵਾਹਿਗੁਰੂ ਆਪ ਹੀ ਅਗਿਆਨੀਆਂ ਦੇ ਹਿਰਦੇ ਅੰਦਰ ਲਖਣ ਤੋਂ ਰਹਿਤ ਸਰੂਪ ਜੋ ਗੁਰਾਂ ਬਿਨਾਂ ਲਖਿਆ ਜਾਣਿਆ ਨਹੀਂ ਜਾਂਦਾ ਉਹ ਆਪ ਹੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਜਣਾ ਦਿੰਦਾ ਹੈ। ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇ ਵਡੇ ਅਵਰ ਨਾ ਕੋਏ। ਪਿਆਰਾ ਵਾਹਿਗੁਰੂ ਆਪ ਹੀ ਗਹਿਰ ਡੂੰਘੇ ਸੁਭਾਅ ਵਾਲਾ ਹੈ ਅਤੇ ਗੰਭੀਰ ਅਥਾਹ ਬਲ ਵਾਲਾ ਹੈ। ਗਹਿਰ ਗੰਭੀਰ ਡੂੰਘੇ ਤੋਂ ਡੂੰਘਾ ਹੈ, ਉਸ ਜਿੱਡਾ ਵੱਡਾ ਬਲੀ ਹੋਰ ਕੋਈ ਵੀ ਨਹੀਂ ਹੈ। ਸਭ ਘਟ ਆਪੇ ਭੋਗ ਵਹਿ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ। ਪਿਆਰਾ ਵਾਹਿਗੁਰੂ ਆਪ ਹੀ ਸਾਰੇ ਘਟਾਂ ਵਿੱਚ ਇਸਤ ਧੋ ਕੇ ਭੋਗਾਂ ਨੂੰ ਭੋਗਦਾ ਹੈ, ਭਾਵ ਸਭ ਦਾ ਅਰਪਣ ਕੀਤਾ ਹੋਇਆ ਪਦਾਰਥ ਆਪ ਹੀ ਗ੍ਰਹਿਣ ਕਰਨ ਵਾਲਾ ਹੈ। ਉਹ ਆਪ ਹੀ ਸਾਰੇ ਨਾਰੀ ਇਸਤਰੀਆਂ ਪੁਰਖ ਆਦਮੀਆਂ ਵਿੱਚ ਅੰਦਰ ਪਰਿਪੂਰਨ ਹੈ। ਨਾਰੀ ਭਾਵ ਮਾਇਆ ਅਤੇ ਪੁਰਖ ਭਾਵ ਈਸ਼ਰ ਵਿੱਚ ਵੀ ਵਿਆਪਕ ਹੈ। ਨਾਰੀ ਭਾਵ ਪ੍ਰਕਿਰਤੀ ਅਤੇ ਪੁਰਖ ਤੱਤ ਵਿੱਚ ਪੂਰਨ ਹੈ। ਫਿਰ ਪ੍ਰਸ਼ਨ ਹੈ ਕਿ ਹੇ ਮਹਾਰਾਜ ਜੀ, ਜੇਕਰ ਉਹ ਪਿਆਰਾ ਪਰਮੇਸ਼ਰ ਸਭ ਥਾਈਂ ਸਭਨਾ ਜੀਵਾਂ ਵਿੱਚ ਵਿਆਪਕ ਆ ਤਾਂ ਫਿਰ ਦਿਸਦਾ ਕਿਉਂ ਨਹੀਂ ਹੈ? ਸਤਿਗੁਰੂ ਇਸ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਕਿਰਪਾ ਕਰਕੇ ਉੱਤਰ ਦੇ ਰਹੇ ਆ। ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਮੇਰਾ ਪਿਆਰਾ ਵਾਹਿਗੁਰੂ ਸਭ ਜਗ੍ਹਾ ਸਭਨਾ ਜੀਵਾਂ ਵਿੱਚ ਗੁਪਤ ਲੁਕਿਆ ਹੋਇਆ ਹੈ, ਕੇਵਲ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਪ੍ਰਗਟ ਪ੍ਰਤੱਖ ਹੁੰਦਾ ਹੈ। ਸੋਰਠ ਮਹੱਲਾ ਚੌਥਾ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਉਹ ਥਾਪੈ। ਹੇ ਭਾਈ, ਮੇਰਾ ਪਿਆਰਾ ਵਾਹਿਗੁਰੂ ਸਾਰਾ ਕੁਝ ਸਾਰਿਆਂ ਦੇ ਅੰਦਰ ਆਪਣਾ ਆਪ ਰੂਪ ਹੀ ਹੈ ਅਤੇ ਆਪ ਹੀ ਸਾਰੇ ਸੰਸਾਰ ਨੂੰ ਇਸਤਿਤ ਕਰਕੇ ਫਿਰ ਉਹ ਥਾਪੈ ਪੁੱਟ ਦਿੰਦਾ, ਨਾਸ਼ ਕਰ ਦਿੰਦਾ ਹੈ। ਆਪ ਹੀ ਥਾਪੇ ਹੋਏ ਔਗਣ ਅਗਿਆਨ ਨੂੰ ਉਥਾਪੈ ਪੁੱਟ ਕਰਕੇ ਸ਼ੁੱਭ ਗੁਣ ਗਿਆਨ ਨੂੰ ਇਸਤਿਤ ਕਰ ਦਿੰਦਾ ਹੈ। ਆਪੇ ਵੇਖ ਵਿਗਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੈ। ਮੇਰਾ ਪਿਆਰਾ ਵਾਹਿਗੁਰੂ ਆਪਣੀ ਸੰਸਾਰ ਰੂਪੀ ਰਚਨਾ ਨੂੰ ਦੇਖ ਕਰਕੇ ਬਹੁਤ ਪ੍ਰਸੰਨ ਖੁਸ਼ ਹੁੰਦਾ ਹੈ। ਬ੍ਰਹਮ ਬੇਤਾ ਰੂਪ ਹੋ ਕਰਕੇ ਆਪਣੇ ਸਰੂਪ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ। ਪਰਮੇਸ਼ਰ ਆਪ ਹੀ ਨਾਨਾ ਪ੍ਰਕਾਰ ਦੇ ਚੋਜ ਕੌਤਕ ਕਰਕੇ ਵੇਖਦਾ ਹੈ। ਆਪੇ ਵਣ ਤਿਣ ਸਬਤ ਹੈ ਪਿਆਰਾ, ਆਪੇ ਗੁਰਮੁਖ ਜਾਪੈ। ਪਿਆਰਾ ਵਾਹਿਗੁਰੂ ਆਪ ਹੀ ਜੰਗਲਾਂ ਰੁੱਖਾਂ ਵਿੱਚ ਤਿਣ ਕੱਖਾਂ ਆਦਿ ਸਾਰੇ ਥਾਂ ਵਿਆਪਕ ਹੈ। ਆਪ ਹੀ ਵਣ ਦੀ ਨਿਆਈ ਸਰੀਰਾਂ, ਤਿਣ ਦੀ ਨਿਆਈ ਇੰਦਰੀਆਂ ਵਿੱਚ ਸਾਰੇ ਵਸ ਰਿਹਾ ਹੈ। ਆਪ ਹੀ ਗੁਰਮੁਖ ਬਣ ਕੇ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਜਾਣਦਾ ਹੈ। ਜਪ ਮਨ ਹਰਿ ਹਰਿ ਨਾਮ ਰਸ ਤ੍ਰਾਪੈ। ਹੇ ਮਨਾ, ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਫਿਰ ਇਸ ਨਾਮ ਦੇ ਰਸ ਦੁਆਰਾ ਆਤਮ ਤ੍ਰਿਪਤੀ ਕਰਕੇ ਰੱਜ ਜਾਵੇਗਾ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰ ਸਬਦੀ ਚੱਖ ਜਾਪੈ ਰਹਾਉ। ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਦਾ ਰਸ ਮਹਾਂ ਬਹੁਤ ਮੀਠਾ ਮਿੱਠਾ ਹੈ। ਮਹਾਂ ਰਸ ਵੱਡਾ ਰਸ ਭਾਵ ਬ੍ਰਹਮਾਨੰਦ ਰੂਪੀ ਅੰਮ੍ਰਿਤ ਨਾਮ ਰਸ
ਬਹੁਤ ਮਿੱਠਾ ਪਿਆਰਾ, ਜਿਸ ਦਾ ਸਵਾਦ ਗੁਰਾਂ ਦੇ ਉਪਦੇਸ਼ ਦੀ ਕਮਾਈ ਦੁਆਰਾ ਚੱਖ ਧਾਰਨ ਕਰਕੇ ਹੀ ਜਾਣਿਆ ਜਾਂਦਾ। ਰਹਾਉ ਜੈਸਾ ਕਿ ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਆਪੇ ਤੀਰਥ ਤੁਲਹੜਾ ਪਿਆਰਾ, ਆਪ ਘਰੈ ਆਪ ਤਰੈ ਪ੍ਰਭ ਆਪੈ। ਪਿਆਰਾ, ਵਾਹਿਗੁਰੂ ਆਪ ਹੀ ਪ੍ਰਤੱਖ ਤੀਰਥ ਰੂਪ ਹੈ, ਆਪ ਹੀ ਪ੍ਰਤੱਖ ਤੁਲਹੜਾ ਤੁਲਹਾ ਰੂਪ ਹੈ, ਅਤੇ ਪ੍ਰਭੂ ਪਰਮੇਸ਼ਰ ਆਪ ਹੀ ਤਰਨ ਵਾਲਾ ਹੈ, ਆਪ ਹੀ ਤਾਰਨ ਵਾਲਾ ਹੈ, ਆਪ ਹੀ ਸੰਸਾਰ ਅੰਦਰ ਸਤਸੰਗਤ ਰੂਪੀ ਤੀਰਥ ਹੈ, ਆਪ ਹੀ ਰਾਗ ਦੁਐਖ ਦੇ ਨਾਲਿਆਂ ਤੋਂ ਪਾਰ ਹੋਣ ਲਈ ਪ੍ਰੇਮ ਰੂਪ ਤੁਲਹਾ ਹੈ। ਪ੍ਰਭੂ ਆਪ ਹੀ ਜਗਿਆਸੂ ਸਿੱਖ ਰੂਪ ਹੋ ਕੇ ਤਰਦਾ ਹੈ ਅਤੇ ਗੁਰੂ ਰੂਪ ਹੋ ਕੇ ਤਾਰਨ ਵਾਲਾ ਹੈ। ਆਪੇ ਜਾਲ ਵਤਾਏ ਦਾ ਪਿਆਰਾ, ਸਭ ਜਗ ਮਛਲੀ ਹਰ ਆਪੈ। ਪਿਆਰਾ, ਵਾਹਿਗੁਰੂ ਆਪ ਹੀ ਕਾਲ ਮੋਹ ਰੂਪੀ ਜਾਲ ਵਤਾਏ ਦਾ ਸੁੱਟਦਾ ਪਾਉਂਦਾ ਹੈ ਅਤੇ ਹਰੀ ਆਪ ਹੀ ਸਾਰਾ ਸੰਸਾਰ ਰੂਪੀ ਮੱਛੀ ਦੀ ਨਿਆਈ ਹੈ। ਆਪ ਹੀ ਗੁਰੂ ਸਰੂਪ ਹੋ ਕੇ ਪ੍ਰੇਮ ਰੂਪੀ ਜਾਲ ਪਾਉਂਦਾ, ਆਪ ਹੀ ਸਭ ਜਗਤ ਨੂੰ ਮਛਲੀ ਦੀ ਨਿਆਈ ਆਪਣੇ ਸਰੂਪ ਰੂਪੀ ਜਲ ਦਾ ਪ੍ਰੇਮੀ ਬਣਾਇਆ ਹੈ। ਆਪ ਅਭੁੱਲ ਨ ਭੁੱਲਈ ਪਿਆਰਾ, ਅਵਰ ਨ ਦੂਜਾ ਜਾਪੈ। ਪਿਆਰਾ, ਵਾਹਿਗੁਰੂ ਆਪ ਭੁੱਲਣ ਤੋਂ ਰਹਿਤ ਹੈ, ਜੋ ਕਦੇ ਵੀ ਆਪਣੇ ਸਰੂਪ ਤੋਂ ਭੁੱਲਦਾ ਨਹੀਂ ਹੈ। ਜਿਵੇਂ ਕਈ ਕਹਿੰਦੇ ਹਨ ਕਿ ਜਿਸ ਪ੍ਰਕਾਰ ਇੱਕ ਕੋਠਾ ਆਪ ਹੀ ਆਪਣੇ ਆਪ ਨੂੰ ਢੱਕ ਲੈਂਦਾ, ਇਉਂ ਗਿਆਨ ਰੂਪੀ ਕੋਠੇ ਨੇ ਆਤਮਾ ਨੂੰ ਢੱਕ ਲਿਆ ਹੈ, ਜਿਸ ਕਰਕੇ ਉਹ ਸਰੂਪ ਭੁੱਲ ਜਾਂਦਾ ਹੈ। ਪਰ ਉਹ ਅਕੁੱਲ ਸਰੂਪ ਹੈ, ਜੋ ਸਮਾਨ ਚੇਤਨ ਕਰਕੇ ਅਗਿਆਨ ਦਾ ਵੀ ਪ੍ਰਕਾਸ਼ਕ ਹੈ। ਉਸ ਵਾਹਿਗੁਰੂ ਵਰਗਾ ਹੋਰ ਕੋਈ ਦੂਸਰਾ ਅਭੁੱਲ ਨਹੀਂ ਜਾਣੀਦਾ। ਆਪੇ ਸਿੰਘੇ ਨਾਦ ਹੈ ਪਿਆਰਾ, ਧੁਨ ਆਪ ਵਜਾਏ ਆਪੈ। ਪਿਆਰਾ, ਵਾਹਿਗੁਰੂ ਆਪ ਹੀ ਸਿੰਘੇ, ਨੱਕ ਵਿੱਚ ਬੋਲਣਾ ਗੰਗਾ ਹੈ, ਸੋ ਯੋਗੀਆਂ ਦੀ ਇਹ ਤੁਰੀ ਰੂਪ ਹੈ। ਆਪ ਹੀ ਨਾਦ ਸ਼ਬਦ ਰੂਪ ਹੈ, ਆਪ ਹੀ ਸੁਰਤ ਰੂਪੀ ਸਿੰਘੀ ਹੈ, ਆਪ ਹੀ ਗੁਰ ਉਪਦੇਸ਼ ਰੂਪੀ ਨਾਦ ਹੈ, ਆਪ ਹੀ ਧੁਨ ਧੁਨੀ ਆਵਾਜ਼ ਸ਼ਬਦ ਰੂਪ ਹੈ, ਅਤੇ ਆਪ ਹੀ ਆ ਧੁਨ ਆਪ ਵਜਾਏ ਆਪੈ। ਕਹਿੰਦੇ ਆਪ ਹੀ ਧੁਨ ਨੂੰ ਵਜਾਉਣ ਵਾਲਾ, ਪ੍ਰਗਟ ਕਰਨ ਵਾਲਾ ਆਪੈ ਭਾਵ, ਆਪੇ ਦੇ ਪੱਪੇ ਨੂੰ ਦੁਲਾਵਾਂ ਹਨ। ਕਿਤੇ ਅਸੀਂ ਇਹਨੂੰ ਆਪੇ ਜਾਂ ਤਾਪੇ ਇੱਦਾਂ ਨਹੀਂ ਪੜ੍ਹਨਾ, ਕਾਹਲੀ ਨਹੀਂ ਕਰਨੀ ਬਾਣੀ ਪੜ੍ਹਦਿਆਂ। ਖਾਸ ਖਿਆਲ ਰੱਖਣਾ ਹੈ ਸ਼ੁੱਧਤਾ ਦਾ, ਗੁਰਬਾਣੀ ਸ਼ੁੱਧ ਪੜ੍ਹੀ ਜਾਵੇ। ਸੋ ਇਹ ਸਾਰਾ ਸ਼ਬਦ ਹੀ ਇਸੇ ਤਰ੍ਹਾਂ ਆਇਆ, ਆਪੈ ਆਪੈ ਜਾਪੈ ਆਪੈ ਤਾਪੈ, ਇਸ ਤਰ੍ਹਾਂ। ਸੋ ਖਿਆਲ ਰੱਖਣਾ ਹੈ। ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪ ਤਾਪੈ। ਮੇਰਾ ਪਿਆਰਾ, ਵਾਹਿਗੁਰੂ ਆਪ ਹੀ ਜੋਗੀਆਂ ਵਿੱਚੋਂ ਜੋਗੀ ਪੁਰਖ ਹੈ ਅਤੇ ਆਪ ਹੀ ਤਪਾਂ ਨੂੰ ਤਪਾਉਣ ਵਾਲਾ ਤਪੀਆ ਰੂਪ ਹੈ। ਆਪ ਹੀ ਸਮਾਧੀ ਵਿੱਚ ਜੋਗੀ ਜੁੜਿਆ ਪੁਰਖ ਮਹਾਤਮਾ ਹੈ। ਆਪ ਹੀ ਪੁਰਖ ਪੁਰਸ਼ਾਰਥ ਦੇਣ ਵਾਲਾ ਹੈ। ਆਪ ਹੀ ਪੂਨਾਮੇ ਆਦਿ ਨਰਕਾਂ ਤੋਂ 18 ਪ੍ਰਕਾਰ ਦੇ ਨਰਕ ਮੰਨੇ ਹਨ, ਉਹਨਾਂ ਵਿੱਚੋਂ ਇੱਕ ਪੂਨਾਮੇ ਨਰਕ ਵੀ ਹੈ। ਇਤਿਆਦਿ ਇਹਨਾਂ ਨਰਕਾਂ ਤੋਂ ਰੱਖਿਆ ਕਰਨ ਵਾਲਾ ਆਪ ਹੀ ਰਾਜਸੀ, ਇੰਦਰੀਆਂ ਦਾ ਦਮਨ, ਤਾਮਸੀ, ਧੂਣੀਆਂ ਤੌਣੀਆਂ, ਸਾਂਤਕੀ, ਕਥਾ ਕੀਰਤਨ ਵਿੱਚ ਚਿੱਤ ਜੋੜਨ, ਤਪਾਂ ਨੂੰ ਤਪਾਉਣ ਵਾਲਾ ਹੈ। ਆਪ ਹੀ ਆਪਣੇ ਚਿੱਤ ਨੂੰ ਇਕਾਗਰ ਕਰਕੇ ਬ੍ਰਹਮ ਸਰੂਪ ਵਿੱਚ ਜੋੜਨ ਰੂਪ ਤਪ ਨੂੰ ਤਪਾਉਂਦਾ ਹੈ। ਜੈਸਾ ਕਿ ਵਿਰਾਗ ਸ਼ਤਕ ਦੇ ਬੋਲ ਹਨ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਨੀ ਹੈ। ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ। ਆਪ ਈਸ਼ਰ ਸਰੂਪ ਹੋ ਕੇ ਸਤਿਗੁਰੂ ਰੂਪ ਹੈ,
ਆਪ ਹੀ ਜੀਵ ਸਰੂਪ ਹੋ ਕੇ ਚੇਲਾ ਸਿੱਖ ਰੂਪ ਹੈ। ਉਹ ਪਰਮੇਸ਼ੁਰ ਆਪ ਹੀ ਉਪਦੇਸ਼ ਸ਼ੁਭ ਮਤ ਦੇਣਾ ਕਰਦਾ ਹੈ। ਆਪੇ ਨਾਉ ਜਪਾਏ ਦਾ ਪਿਆਰਾ, ਆਪੇ ਹੀ ਜਪ ਜਾਪੈ। ਮੇਰਾ ਪਿਆਰਾ ਵਾਹਿਗੁਰੂ ਆਪ ਹੀ ਗੁਰੂ ਰੂਪ ਹੋ ਕੇ ਆਪਣਾ ਨਾਮ ਜਪਾਉਣਾ ਕਰਦਾ ਹੈ। ਆਪ ਹੀ ਸਿੱਖ ਰੂਪ ਹੋ ਕੇ ਜਪਣੇ ਯੋਗ ਨਾਮ ਗੁਰੂ ਦੁਆਰਾ ਦਿੱਤੇ ਹੋਏ ਮੰਤਰ ਭਾਵ ਨਾਮ ਨੂੰ ਜਪਦਾ ਹੈ। ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੈ। ਪਿਆਰਾ ਵਾਹਿਗੁਰੂ ਆਪੇ ਆਪ ਹੀ ਅੰਮ੍ਰਿਤ ਰੂਪ ਹੈ। ਆਪ ਹੀ ਅੰਮ੍ਰਿਤ ਰੂਪ ਹੈ ਅਤੇ ਆਪ ਹੀ ਪਿਲਾਉਣ ਵਾਲਾ, ਆਪ ਹੀ ਰਸ ਰੂਪ ਹੈ, ਆਪ ਹੀ ਅੰਮ੍ਰਿਤ ਰਸ ਨੂੰ ਪੀਣ ਵਾਲਾ ਹੈ। ਆਪੇ ਆਪ ਸਲਾਹ ਦਾ ਪਿਆਰਾ, ਜਨ ਨਾਨਕ ਹਰ ਰਸ ਧਰਾਪੈ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਪਿਆਰਾ ਵਾਹਿਗੁਰੂ ਆਪ ਹੀ ਆਪਣੀ ਸਲਾਹ ਦਾ ਉਸਤਤੀ ਸਲਹੁਤਾ ਕਰਦਾ। ਇਸ ਪ੍ਰਕਾਰ ਹਰੀ ਆਪ ਹੀ ਆਪਣੇ ਨਾਮ ਰਸ ਵਿੱਚ ਧਰਾਪੈ, ਤ੍ਰਿਪਤ ਹੁੰਦਾ ਹੈ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲ ਆਇਆ। ਪਿਆਰਾ ਵਾਹਿਗੁਰੂ ਆਪ ਹੀ ਕੰਡਾ ਰੂਪ ਹੈ, ਆਪ ਹੀ ਤਰਾਜੀ ਤੱਕੜੀ ਰੂਪ ਹੈ, ਪਰਮੇਸ਼ਰ ਆਪ ਹੀ ਤੋਲ ਵੱਟਾ ਰੂਪ ਹੈ ਅਤੇ ਆਪ ਹੀ ਵੱਟਿਆਂ ਨੂੰ ਪਾ ਕੇ ਪਦਾਰਥਾਂ ਨੂੰ ਤਲਾਉਂਦਾ ਹੈ। ਆਪੇ ਸਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਵਾਹਿਗੁਰੂ ਆਪ ਹੀ ਸ਼ਾਹੂਕਾਰ ਰੂਪ, ਆਪ ਹੀ ਵਣਜ ਕਰਨ ਵਾਲਾ ਵਣਜਾਰਾ ਅਤੇ ਆਪ ਹੀ ਵਪਾਰ ਨੂੰ ਵਣਜ ਕਰਾਉਣਾ ਕੀਤਾ ਹੈ। ਆਪ ਹੀ ਸਤਿਗੁਰੂ ਰੂਪੀ ਸ਼ਾਹੂਕਾਰ ਹੈ, ਆਪ ਹੀ ਨਾਮ ਦਾ ਵਣਜ ਕਰਾਉਣ ਵਾਲਾ ਸੰਤ ਗੁਰਮੁਖ ਰੂਪ ਹੈ। ਆਪ ਹੀ ਅਧਿਕਾਰੀਆਂ ਕੋਲੋਂ ਨਾਮ ਦਾ ਵਣਜ ਵਪਾਰ ਕਰਵਾਉਣਾ ਕੀਤਾ ਹੈ। ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜ੍ਹਾਇਆ। ਪਿਆਰੇ ਵਾਹਿਗੁਰੂ ਨੇ ਆਪ ਹੀ ਪਹਿਲਾਂ ਧਰਤੀ ਸਾਜਨਾ ਕੀਤੀ, ਰਚਨਾ ਕੀਤੀ ਆ ਅਤੇ ਪਿੱਛੇ ਮਗਰ ਤੱਕੜੀ ਵਿੱਚ ਟੰਕ ਚਾਰ ਮਾਸੇ ਦੇ ਵੱਟਿਆਂ ਦੀ ਨਿਆਈ ਚਾਰ ਤੱਤਾਂ ਪਾਣੀ ਅਗਨੀ ਆਕਾਸ਼ ਪਾਉਣ ਨੂੰ ਚੜ੍ਹਾਉਣਾ ਕੀਤਾ ਹੈ। ਪਿੱਛੇ ਓਅੰਕਾਰ ਮਹਾਂਵਾਕ ਰੂਪ ਟੰਕ ਚੜ੍ਹਾਉਣਾ ਕੀਤਾ ਹੈ। ਆਪਣਾ ਹੁਕਮ ਰੂਪ ਟੰਕ ਚੜ੍ਹਾ ਕਰਕੇ ਧਰਤੀ ਆਦਿ ਸਾਰੇ ਤੱਤ ਅਤੇ ਬ੍ਰਹਿਮੰਡ ਨੂੰ ਰਚਨਾ ਕੀਤਾ ਹੈ। ਮੇਰੇ ਮਨ ਹਰ ਹਰ ਧਿਆਇ ਸੁਖ ਪਾਇਆ। ਹੇ ਮੇਰੇ ਮਨਾ, ਹਰੇ ਪਰੇ ਕਰਨ ਵਾਲੇ ਪਰਮੇਸ਼ਰ ਨੂੰ ਧਿਆਉਣਾ ਕਰ, ਤਦੋਂ ਤੂੰ ਸੁਖ ਆਨੰਦ ਸਰੂਪ ਨੂੰ ਪਾ ਲਵੇਂਗਾ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੈ ਮੀਠਾ ਲਾਇਆ ਰਹਾਉ। ਸਭ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦਾ ਪਿਆਰਾ ਨਾਮ ਗਿਆਨ ਦਾ ਨਿਧਾਨ ਖਜ਼ਾਨਾ ਹੈ। ਉਹ ਆਪਣੇ ਭਗਤ ਜਨਾਂ ਨੂੰ ਪੂਰਨ ਗੁਰੂ ਸਾਹਿਬ ਜੀ ਨੇ ਮਿੱਠਾ ਲਾਉਣਾ ਕੀਤਾ ਹੈ, ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਹਨ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਪਿਆਰਾ ਵਾਹਿਗੁਰੂ ਜੀ ਆਪ ਹੀ ਧਰਤੀ ਪ੍ਰਿਥਵੀ ਰੂਪ ਹੈ, ਆਪ ਹੀ ਜਲ ਪਾਣੀ ਰੂਪ ਹੈ, ਆਪ ਹੀ ਜੀਵ ਪੈਦਾ ਕਰੇ ਕਰਦਾ ਹੈ, ਆਪ ਹੀ ਉਹਨਾਂ ਦੀ ਪਾਲਣਾ ਲੈਤਾ ਕਰਦਾ ਕਰਾਉਂਦਾ ਹੈ। ਆਪ ਹੀ ਧਰਤੀ ਦੀ ਨਿਆਈ ਨਿਮਰਤਾ ਰੂਪ ਹੈ, ਆਪ ਹੀ ਜਲ ਦੀ ਨਿਆਈ ਪ੍ਰੇਮ ਰੂਪ ਹੈ, ਆਪ ਹੀ ਜਿਗਿਆਸੂਆਂ ਕੋਲੋਂ ਸਾਧਨ ਕਰਾਉਂਦਾ ਹੈ ਅਤੇ ਆਪ ਹੀ ਜਿਗਿਆਸੂ ਰੂਪ ਹੋ ਕੇ ਸਾਧਨ ਕਰਦਾ ਹੈ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਪਿਆਰਾ ਵਾਹਿਗੁਰੂ ਆਪ ਹੀ ਹੁਕਮ ਆਦੇਸ਼ ਰੂਪ ਹੋ ਕੇ ਵਰਤ ਰਿਹਾ ਅਤੇ ਪਾਣੀ ਅਤੇ ਮਿੱਟੀ
ਆਦਿ ਵਿਰੋਧੀ ਤੱਤਾਂ ਨੂੰ ਹੁਕਮ ਵਿੱਚ ਬੰਨ੍ਹ ਕੇ ਰੱਖਿਆ ਹੋਇਆ, ਭਾਵ ਦਸ ਹਿੱਸੇ ਪਾਣੀ ਅਤੇ ਇੱਕ ਹਿੱਸਾ ਧਰਤੀ ਹੋਣ ਦੇ ਬਾਵਜੂਦ ਵੀ ਪਾਣੀ ਧਰਤੀ ਨੂੰ ਡੋਬ ਨਹੀਂ ਸਕਦਾ, ਜਿਨ੍ਹਾਂ ਦੇ ਅੰਦਰ ਜਲ ਦੀ ਨਿਆਈ ਪ੍ਰੇਮ ਹੈ ਉਹਨਾਂ ਦੀ ਮਿੱਟੀ ਦੀ ਨਿਆਈ ਬੁੱਧ ਵਿੱਚ ਨਿਮਰਤਾ ਬੰਨ ਰੱਖੀ ਆ। ਆਪੇ ਹੀ ਪਉ ਪਾਏ ਦਾ ਪਿਆਰਾ, ਬੰਨ ਬੱਕਰੀ ਸੀ ਹੋ ਹਡਾਇਆ। ਪਿਆਰਾ, ਵਾਹਿਗੁਰੂ ਆਪ ਹੀ ਇਹਨਾਂ ਤੱਤਾਂ ਜੀਵਾਂ ਅੰਦਰ ਭਉ ਡਰ ਪਾਉਣ ਵਾਲਾ ਹੈ, ਮਾਨੋ ਜਿਵੇਂ ਕਿ ਬੱਕਰੀ ਨੇ ਸੀਹੋ ਸ਼ੇਰ ਨੂੰ ਬੰਨ੍ਹ ਕੇ ਫੇਰਿਆ ਹੈ। ਬੱਕਰੀ ਨੂੰ ਬੰਨ੍ਹ ਕੇ ਉਸਦੇ ਉਦਾਲੇ ਸ਼ੇਰ ਨੂੰ ਪਹਿਰੇਦਾਰ ਕਰਕੇ ਫੇਰਿਆ ਹੋਇਆ, ਇਹ ਬੱਕਰੀ ਦੀ ਨਿਆਈ ਧਰਤੀ ਬੰਨ੍ਹੀ ਹੋਈ ਆ ਅਤੇ ਇਸਦੇ ਉਦਾਲੇ ਸ਼ੇਰ ਦੀ ਨਿਆਈ ਪਾਣੀ ਨੂੰ ਪਹਿਰੇਦਾਰ ਕਰਕੇ ਫੇਰਨਾ ਕੀਤਾ ਹੈ। ਭਾਵ ਪਾਣੀ ਧਰਤੀ ਨੂੰ ਡੋਬਦਾ ਨਹੀਂ ਹੈ ਅਤੇ ਧਰਤੀ ਕਿਸ਼ਤੀ ਦੀ ਨਿਆਈ ਇਸ ਉੱਪਰ ਤਰਦੀ ਰਹਿੰਦੀ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਪਿਆਰਾ, ਪਰਮੇਸ਼ੁਰ ਆਪ ਹੀ ਕਾਸ਼ਟ ਲੱਕੜਾਂ ਰੂਪ ਹੈ, ਆਪ ਹੀ ਅਗਨੀ ਰੂਪ ਹੈ ਅਤੇ ਆਪ ਹੀ ਸਭ ਬਨਸਪਤੀ ਦੀਆਂ ਲੱਕੜਾਂ ਦੇ ਵਿੱਚ ਅੰਦਰ ਸਮਾਨ ਅੱਗ ਨੂੰ ਰੱਖਣਾ ਕੀਤਾ ਹੈ। ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਨ ਸਕੈ ਜਲਾਇਆ। ਪਿਆਰਾ, ਵਾਹਿਗੁਰੂ ਆਪਣਾ ਰੂਪ ਆਪ ਹੀ ਸਾਰੇ ਵਰਤ ਰਿਹਾ, ਉਸ ਦੇ ਪੈ ਡਰ ਕਰਕੇ ਲੱਕੜਾਂ ਵਿੱਚ ਸਮਾਨ ਰੂਪ ਕਰਕੇ ਵਸਦੀ ਅੱਗ ਲੱਕੜਾਂ ਨੂੰ ਜਲਾਇਆ ਸਾੜ ਨਹੀਂ ਸਕਦੀ। ਵਾਹਿਗੁਰੂ ਦੇ ਪੈ ਕਰਕੇ ਮਾਤਾ ਦੇ ਗਰਭ ਵਿੱਚ ਜਠਰ ਅਗਨੀ ਬੱਚੇ ਨੂੰ ਸਾੜ ਨਹੀਂ ਸਕਦੀ। ਆਪੇ ਮਾਰ ਜੀ ਵਾਇਦਾ ਪਿਆਰਾ, ਸਾਹ ਲੈਦੇ ਸਭ ਲਵਾਇਆ। ਪਿਆਰਾ, ਵਾਹਿਗੁਰੂ ਆਪ ਹੀ ਕਾਲ ਰੂਪ ਹੋ ਕੇ ਮਾਰਦਾ ਹੈ ਅਤੇ ਪਰਾ ਲਬਦ ਅਨੁਸਾਰ ਫੇਰ ਜਿਉਂਦਾ ਕਰ ਦਿੰਦਾ ਹੈ ਅਤੇ ਸਾਰੇ ਉਸਦਾ ਲਵਾਇਆ ਦਿੱਤਾ ਹੋਇਆ ਹੀ ਸਵਾਸ ਲੈ ਰਹੇ ਆ। ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰੈ ਲਾਇਆ। ਪਿਆਰਾ, ਵਾਹਿਗੁਰੂ ਆਪ ਹੀ ਸਰੀਰਾਂ ਵਿੱਚ ਤਾਣ ਬਲ ਰੂਪ ਅਤੇ ਦੀਬਾਣ ਆਸਰਾ ਰੂਪ ਹੈ, ਆਪ ਹੀ ਸਾਰਿਆਂ ਜੀਵਾਂ ਨੂੰ ਉਹਨਾਂ ਦੀ ਵਾਸ਼ਨਾ ਅਨੁਸਾਰ ਭਿੰਨ ਭਿੰਨ ਕੰਮਾਂ ਵਿੱਚ ਕਾਰੈ ਲਾਇਆ ਲਾਉਣਾ ਕੀਤਾ ਹੈ। ਆਪ ਹੀ ਵਿਵੇਕ ਰੂਪੀ ਬਲ ਹੈ, ਆਪ ਹੀ ਆਪਣੀ ਸ਼ਰਨ ਦਾ ਆਸਰਾ ਦੇਣ ਵਾਲਾ ਹੈ ਅਤੇ ਆਪ ਹੀ ਗੁਰਮੁੱਖਾਂ ਨੂੰ ਭਾਉ ਭਗਤੀ ਦੀ ਕਾਰੈ ਕਾਰ ਵਿੱਚ ਲਾਉਣਾ ਕਰਦਾ ਹੈ। ਜਿਉ ਆਪ ਜਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਭਾਇਆ। ਹੇ ਮੇਰੇ ਪਿਆਰੇ, ਜਿਵੇਂ ਉਹ ਵਾਹਿਗੁਰੂ ਆਪ ਚਲਾਉਣਾ ਕਰੇ ਤਿਵੇਂ ਹੀ ਅਸੀਂ ਚੱਲਣਾ ਕਰੀਏ। ਜਿਵੇਂ ਮੇਰੇ ਹਰੀ ਹਰੇ ਭਰੇ ਕਰਨ ਵਾਲੇ ਪਰਮੇਸ਼ੁਰ ਵਾਹਿਗੁਰੂ ਨੂੰ ਭਾਇਆ ਚੰਗਾ ਲੱਗਦਾ ਹੈ, ਉਵੇਂ ਹੀ ਚਲਾਉਂਦਾ ਹੈ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਣਜ ਜਨ ਨਾਨਕ ਵੱਜੈ ਹੈ ਵਜਾਇਆ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਪਿਆਰਾ, ਵਾਹਿਗੁਰੂ ਆਪ ਹੀ ਜੰਤੀ ਵਾਜਾ ਵਜਾਉਣ ਵਾਲਾ, ਆਪ ਹੀ ਜੰਤ ਵਾਜਾ ਰੂਪ, ਆਪ ਹੀ ਈਸ਼ਰ ਰੂਪੀ ਜੰਤੀ ਬਜੰਤਰੀ ਹੈ, ਆਪ ਹੀ ਜੀਵਾਂ ਰੂਪੀ ਵਾਜਾ ਹੈ। ਸਾਰੇ ਜੀਵ ਰੂਪੀ ਵਾਜੇ ਉਸ ਪਰਮੇਸ਼ਰ ਦੇ ਵਜਾਏ ਬੁਲਾਏ ਹੋਏ ਹੀ ਵੱਜਦੇ ਬੋਲਦੇ ਹਨ। ਵਾਹਿਗੁਰੂ 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 ਵਾਹਿਗੁਰੂ।
ਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।